ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜਾਂਚ ਏਜੰਸੀਆਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਬੰਦ ਭਗਵੰਤ ਮਾਨ ਸੂਬੇ ਦੀ ਕਾਂਗਰਸ ਸਰਕਾਰ ਦੇ ਵੱਲੋਂ ਕੇਂਦਰੀ ਜਾਂਚ ਏਜੰਸੀ ਨੂੰ ਕਾਰਵਾਈ ਲਈ ਦਿੱਤੀ ਗਈ ਆਮ ਸਹਿਮਤੀ ਵਾਪਸ ਲੈਣ ਤੇ ਨੋਟੀਫਿਕੇਸ਼ਨ ਜਾਰੀ ਕਰਨ ਉੱਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ਭਾਵੇਂ ਉਹ ਕਾਂਗਰਸ ਹੋਵੇ ਜਾਂ ਭਾਰਤੀ ਜਨਤਾ ਪਾਰਟੀ ਨੇ ਸੀਬੀਆਈ ਨੂੰ ਹਮੇਸ਼ਾ ਹੀ पिंजਰੇ ਦੇ ਤੋਤੇ ਵਾਂਗ ਮੁੱਠੀ ਦੇ ਵਿੱਚ ਰੱਖਿਆ ਹੈ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਤੇ ਉਹਨਾਂ ਦੇ ਉੱਪਰ ਦਬਾ ਬਣਾਉਣ ਦੇ ਲਈ ਇਸ ਨੂੰ ਵਰਤੋਂ ਵਿੱਚ ਲਿਆਂਦਾ ਉਹਨਾਂ ਨੇ ਕਿਹਾ ਜੀ ਰਾਜਾਂ ਦੇ ਅਧਿਕਾਰਾਂ ਤੇ ਸੰਘੀ ਟਾਂਜੇ ਨੂੰ ਬਚਾਉਣ ਲਈ ਸੂਬੇ ਦੀਆਂ ਸਰਕਾਰਾਂ ਵੱਲੋਂ ਆਪਣੇ ਪੱਧਰ ਤੇ ਫੈਸਲੇ ਲੈਣ ਸਮੇਂ ਦੀ ਲੋੜ ਆ ਪਰੰਤੂ ਜੇਕਰ ਸੂਬਾ ਸਰਕਾਰ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਵੇ ਆ ਹੋਵੇ ਤਾਂ ਅਜਿਹੇ ਹਾਲਾਤ ਦੇ ਵਿੱਚ ਕੇਂਦਰੀ ਜਾਂਚ ਏਜੰਸੀ ਨੂੰ ਜਾਂਚ ਕਰਨ ਵਿੱਚ ਕੋਈ ਅੜਿਕਾ ਨਹੀਂ ਆਉਣਾ ਚਾਹੀਦਾ ਆ ਪੱਗਵਾਨ ਨੇ ਕਿਹਾ ਕਿ ਇਸ ਫੈਸਲੇ ਨਾਲ ਪੰਜਾਬ ਦੇ ਵਿੱਚ ਬੀਤੇ ਸਮੇਂ ਹੋਏ ਹੋਈਆਂ ਵੱਡੀਆਂ ਕਟਨਾਵਾਂ ਜਿਨ੍ਹਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿੱਦਵੀ ਸ਼ਾਮਲ ਹੈ ਦੀ ਜਾਂਚ ਉੱਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ ਮਾਨ ਅਤੇ ਚੀਮਾ ਨੇ ਕਿਹਾ ਕਿ ਮੀਡੀਆ ਵਿੱਚ ਆ ਰਹੀਆਂ ਖਬਰਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਭ੍ਰਸ਼ਟਾਚਾਰ ਦੇ ਕੇਸ ਰੇਤ ਖਨਨ ਮਾਮਲੇ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਸੀਬੀਆਈ ਨੂੰ ਜਾਂਚ ਸੌਂਪੇ ਜਾਣਾ ਕਾਂਗਰਸੀ ਵਿਧਾਇਕਾਂ ਦੇ ਖਿਲਾਫ ਭ੍ਰਸ਼ਟਾਚਾਰ ਆਦਿ ਪਿੰਕ ਤੋਂ ਬਾਅਦ ਇਹ ਫੈਸਲਾ ਲਿਆ ਹੈ ਪੰਜਾਬ ਦੇ 21 ਜ਼ਿਲ੍ਹਿਆਂ ਚੋਂ ਦੋ ਘੰਟੇ ਅਸ਼ਟਵਾਦੀ ਦੀ ਛੋਟ ਮੰਡੀ ਗੋਵਿੰਦਗੜ੍ਹ ਬਾਰੇ ਪ੍ਰਦੂਸ਼ਣ ਦਾ ਪੱਧਰ ਤੈਅ ਕਰੇਗਾ ਫੈਸਲਾ ਦੀਵਾਲੀ ਵਾਲੇ ਦਿਨ ਪੰਜਾਬ ਦੇ 22 ਜ਼ਿਲ੍ਹਿਆਂ ਚੋਂ 21 ਦੇ ਵਿੱਚ ਅਸ਼ਟਵਾਦੀ ਹੋਵੇਗੀ ਐਨਜੀਟੀ ਦੀ ਗਾਈਡਲਾਈਨ ਦੇ ਮੁਤਾਬਕ ਮੰਡੀ ਗੋਵਿੰਦਗੜ੍ਹ ਚੋਂ ਅਸ਼ਟਵਾਦੀ ਨਹੀਂ ਹੋ ਸਕੇਗੀ ਹਾਲਾਂਕਿ ਜੇਕਰ 14 ਤੱਕ ਇੱਥੇ ਪ੍ਰਦੂਸ਼ਣ ਦੇ ਪੱਧਰ ਤੋਂ ਸੁਧਾਰ ਹੋਵੇਗਾ ਤਾਂ ਅਸ਼ਟਵਾਦੀ ਦੀ ਛੋਟ ਦਿੱਤੀ ਜਾ ਸਕਦੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸੁਖਤਰ ਸੁਰੇਸ਼ ਕੁਮਾਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਆਰਡਰ ਦੇ ਤਹਿਤ ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ ਚੀਫ ਪ੍ਰਿੰਸੀਪਲ ਸੁਖਤਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਐਨਜੀਟੀ ਦੇ ਆਰਡਰ ਹੁਣ ਆਏ ਹਨ ਜਿਸ ਦੇ ਤਹਿਤ ਆਦੇਸ਼ ਦਿੱਤਾ ਗਿਆ ਕਿ ਜਿੱਥੇ ਪ੍ਰਦੂਸ਼ਣ ਪੱਧਰ ਖਤਰਨਾਕ ਲੈਵਲ ਤੇ ਹੈ ਉੱਥੇ ਪਟਾਕੇ ਚਲਾਉਣ ਤੇ ਬੈਨ ਹੈ ਮੋਗੇਚੂ ਬੱਚੀ ਦੀ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ ਅਸਥੀਆਂ ਚੋਂ ਮਿਲੀਆਂ ਕੈਂਚੀਆਂ ਤੇ ਹੋਰ ਔਜ਼ਾਰ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਮੋਗਾ ਦੇ ਸਰਕਾਰੀ ਹਸਪਤਾਲ ਚ ਆਏ ਦਿਨ ਲਾਪਰਵਾਹੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਅੱਜ ਸਾਹਮਣੇ ਆਇਆ ਜਦੋਂ ਮੋਗਾ ਦੇ ਨੇੜੇ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿੱਚ ਕੁਝ ਦਿਨ ਪਹਿਲਾਂ ਇੱਕ ਗਰਭਵਤੀ ਔਰਤ ਨੂੰ ਬੱਚੀ ਨੂੰ ਜਨਮ ਦਿੱਤਾ ਪਰ ਮੈਲਾ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਪਰ ਕੱਲ ਉਸ ਦੀ ਫਰੀਦਕੋਟ ਵਿੱਚ ਮੌਤ ਹੋ ਗਈ ਜਦੋਂ ਸੰਸਕਾਰ ਤੋਂ ਬਾਅਦ ਅੱਜ ਪਰਿਵਾਰ ਵਾਲੇ ਅਸਥੀਆਂ ਚੁੱਕਣ ਦੇ ਲਈ ਸਮਸ਼ਾਨ ਘਾਟ ਪੁਜੇਤਾ ਦੇਖਿਆ ਉੱਥੇ ਆਪਰੇਸ਼ਨ ਦੇ ਦੌਰਾਨ ਵਰਤੋਂ ਵਿੱਚ ਲਿਆਂਦੀ ਗਈ ਕੈਂਚੀ ਅਤੇ ਆਪਰੇਸ਼ਨ ਦੇ ਦੌਰਾਨ ਇਸਤੇਮਾਲ ਹੋਣ ਵਾਲਾ ਸਮਾਨ ਪਾਇਆ ਗਿਆ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਹਸਪਤਾਲ ਦੇ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸੋ ਸਰੋਤੇ ਵੀਰੋ ਜੇਕਰ ਤੁਸੀਂ ਵੀ ਪਰਿਵਾਰ ਦੇ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ 'ਚ ਯੈਸ ਜ਼ਰੂਰ ਲਿਖੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਕੈਂਚੀ ਹਸਥੀਆਂ ਚੋਂ ਮਿਲੀ ਹੈ ਜਿਸ ਨੂੰ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਸਿਮਰਤ ਕੌਰ ਖੋਸਾ ਨੇ ਦੱਸਿਆ ਕਿ ਇਹ ਲੜਕੀ ਉਹਨਾਂ ਕੋਲ 6 ਤਰੀਕ ਨੂੰ ਆਈ ਸੀ ਤੇ ਐਤਵਾਰ ਸਵੇਰੇ ਉਸ ਨੂੰ ਸਾਹ ਲੈਣ ਚ ਮੁਸ਼ਕਲ ਸੀ ਜਿਸ ਕਰ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਉਹ ਉੱਥੇ ਉਸ ਦੀ ਮੌਤ ਹੋਗੀ ਉੱਥੇ ਉਹਨਾਂ ਦੀ ਡਾਕਟਰਾਂ ਨਾਲ ਵੀ ਗੱਲ ਹੋਈ ਡਾਕਟਰਾਂ ਨੇ ਦੱਸਿਆ ਉਸ ਦਾ ਪੂਰਾ ਪੇਟ ਖੋਲ ਕੇ ਚੈੱਕ ਕੀਤਾ ਗਿਆ ਉਹਨਾਂ ਨੇ ਕਿਹਾ ਜੋ ਵੀਡੀਓ ਚ ਉਹਨਾਂ ਨੇ ਦੇਖੀ ਉਸ ਚ ਕੈਂਚੀ ਪਾਈ ਗਈ ਆ ਉਹ ਸਰਕਾਰੀ ਹਸਪਤਾਲ ਚ ਆਏ ਹੋਏ ਸਟਾਕ ਚ ਨਹੀਂ ਹੁੰਦੀ ਅਗਲੀ ਵੱਡੀ ਖਬਰ ਆ ਜੀ ਦਿੱਲੀ ਜਾਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਪਿੰਡਾਂ ਚੋਂ ਨੁੱਕੜ ਮੀਟਿੰਗਾਂ ਕਰਨਦਿਆਂ ਖੇਤੀਆਂ ਤਿਆਰੀਆਂ ਵੱਡੀ ਖਬਰ ਆ ਜੀ ਖਬਰ ਵੱਲ ਰੁਕ ਕਰਨ ਤੋਂ ਪਹਿਲਾਂ ਇਹ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਆਪਾਂ ਇਸ ਵੀਡੀਓ ਤੇ 2000 ਦਾ ਲਾਈਕ ਏਮ ਤੇ 1500 ਦਾ ਸ਼ੇਅਰ ਏਮ ਰੱਖਦੇ ਆਂ ਜਲਦੀ ਜਲਦੀ ਸਰੋਤੇ ਵੀਰੋ ਲਾਈਕ ਤੇ ਸ਼ੇਅਰ ਵੀਡੀਓ ਨੂੰ ਕਰ ਦਿਓ ਪੰਜਾਬ ਤੋਂ ਲੱਖਾਂ ਕਿਸਾਨ ਦਿੱਲੀ ਜਾਣ ਦੇ ਲਈ ਤਿਆਰ ਬੁਰਜਗਿੱਲ ਦੇਸ਼ਪੜ ਦੀਆਂ ਕਰੀਬ 550 ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਤਿੱਕ ਤਿੰਨ ਖੇਤੀ ਕਾਨੂੰਨਾ ਅਤੇ ਬਿਜਲੀ ਸੋਧ ਬਿੱਲ 2020 ਦੇ ਖਿਲਾਫ ਸੰਘਰਸ਼ ਦੀ ਅਗਲੀ ਕੜੀ ਵੱਜੋਂ 26-27 ਨਵੰਬਰ ਦਿੱਲੀ ਚਲੋ ਦੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਵੱਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਿੰਡਾਂ ਵਿੱਚ ਸਵੇਰੇ ਸ਼ਾਮ ਨੁੱਕੜ ਮੀਟਿੰਗਾਂ ਕਰਦੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਅਤੇ ਸਕੱਤਰ ਜਗਮੋਣ ਸਿੰਘ ਪਟਿਆਲਾ ਨੇ ਦੱਸਿਆ ਕਿ ਸੂਬਾ ਹੈੱਡਕੁਆਰਟਰ ਪੁਜਿਆ ਰਿਪੋਰਟਾਂ ਦੇ ਮੁਤਾਬਕ ਪੂਰੇ ਪੰਜਾਬ ਦੇ ਕਿਸਾਨ ਲੱਖਾਂ ਦੀ ਗਿਣਤੀ ਵਿੱਚ ਦਿੱਲੀ ਵੱਲ ਕੂਚ ਕਰਨ ਦੇ ਉਲਾਈ ਉਤਾਵਲੇ ਹਨ ਹੁਣ ਜਦੋਂ ਦਿੱਲੀ ਚੱਲੋ ਦੇ ਸਿਰਫ 15 ਦਿਨ ਬਾਕੀ ਹਨ ਤਾਂ ਪੂਰੇ ਪੰਜਾਬ ਅੰਦਰ 1 ਅਕਤੂਬਰ ਤੋਂ ਲਗਾਤਾਰ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ 26 27 ਨਵੰਬਰ ਦੀਆਂ ਤਿਆਰੀਆਂ ਪੂਰੇ ਪੰਜਾਬ ਦੇ ਅੰਦਰ ਜੋਰਾ ਸ਼ੂਰਾ ਦੇ ਨਾਲ ਹੋ ਰਹੀਆਂ ਹਨ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ 12 ਨਵੰਬਰ ਨੂੰ ਕਰਨਗੀਆਂ ਬੈਠਕ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਡੇਢ ਮਹੀਨੇ ਤੋਂ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ 13 ਨਵੰਬਰ ਨੂੰ ਪਹਿਲੀ ਵਾਰ ਕੇਂਦਰ ਦੀ ਗੱਲਬਾਤ ਹੋਵੇਗੀ। ਹਾਲਾਂਕਿ 14 ਨਵੰਬਰ ਨੂੰ ਵੀ ਇੱਕ ਵਾਰ ਕੇਂਦਰ ਸਰਕਾਰ ਨੇ ਗੱਲਬਾਤ ਲਈ ਬੁਲਾਇਆ ਪਰ ਉਸ ਮੀਟਿੰਗ 'ਚ ਕੋਈ ਵੀ ਮੰਤਰੀ ਨਾ ਹੋਣ ਦੇ ਕਾਰਨ ਇਹ ਗੱਲ ਸਿਰੇ ਨਹੀਂ ਚੜੀ। ਇਸ ਮੀਟਿੰਗ 'ਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਸੰਜੀਤ ਅਗਰਵਾਲ ਹੀ ਮੌਜੂਦ ਸਨ ਕਿਸਾਨ ਸੰਗਠਨ ਤਿੰਨ ਖੇਤੀ ਕਾਨੂੰਨਾਂ ਬਾਰੇ ਕੀ ਸੋਚ ਰੱਖਦੇ ਹਨ ਤੇ ਕਿੰਨਾ ਮੁੱਦਿਆ ਸੰਬੰਧੀ ਉਹਨਾਂ ਦੇ ਖਦਸ਼ੇ ਹਨ ਇਸ ਸੰਬੰਧੀ ਤਿਆਰ ਕੀਤਾ ਗਿਆ ਯਾਦ ਪੱਤਰ ਉਹਨਾਂ ਖੇਤੀਬਾੜੀ ਸਕੱਤਰ ਨੂੰ ਸੌਂਪ ਦਿੱਤਾ ਤੇ 13 ਨਵੰਬਰ ਨੂੰ ਹੋਣ ਵਾਲੀ ਇਹ ਮੀਟਿੰਗ ਦੋ ਕਾਰਨਾ ਕਰਕੇ ਮਹੱਤਵਪੂਰਨ ਹੈ ਜੀ ਪਹਿਲਾਂ ਤਾਂ ਕਿਸਾਨ ਸੰਗਠਨ ਝੁਕੇ ਹਨ ਜਦਕਿ 14 ਅਕਤੂਬਰ ਨੂੰ ਜਦੋਂ ਮੰਤਰੀਆਂ ਦੇ ਨਾਰਾਇਣ ਕਰਨ ਮੀਟਿੰਗ ਅਸਫਲ ਰਹੀ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਦਿੱਲੀ ਨਹੀਂ ਆਉਣਗੇ ਸਰਕਾਰ ਨੂੰ ਹੀ ਚੰਡੀਗੜ੍ਹ ਆਉਣਾ ਪਏਗਾ ਦੂਜੇ ਪਾਸੇ ਕੇਂਦਰ ਸਰਕਾਰ ਨੇ ਕਿਹਾ ਕਿ ਪਹਿਲਾ ਸਕੱਤਰ ਪਦਰ ਤੇ ਹੀ ਗੱਲਬਾਤ ਹੋਵੇਗੀ ਉਸ ਤੋਂ ਬਾਅਦ ਮੰਤਰੀ ਪਦਰ ਤੇ ਗੱਲਬਾਤ ਹੋਵੇਗੀ ਹੁਣ ਕੇਂਦਰ ਸਰਕਾਰ ਨੇ ਵੀ ਆਪਣੇ ਸੀਨੀਅਰ ਮੰਤਰੀਆਂ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੇ ਲਾਇਆ ਸਾਫ ਹੈ ਕਿ ਕੇਂਦਰ ਸਰਕਾਰ ਵੀ ਇਸ ਰੇੜਕੇ ਨੂੰ ਖਤਮ ਕਰਕੇ ਅੱਗੇ ਵਧਣਾ ਚਾਹੁੰਦੀ ਹੈ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਰੇੜਕਾ ਨਿਬੇੜਨਾ ਚਾਹੁੰਦੀ ਹੈ ਕਿ ਕਿਸਾਨ ਕਰਨਗੇ ਕੇਂਦਰ ਨੂੰ ਕੇਂਦਰ ਦੀ ਪੇਸ਼ਕਸ਼ ਕਬੂਲ ਸੋ ਦੋਸਤੋ ਆਪਣੇ ਵਿਚਾਰ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਤੇ ਪਿਛਲੇ ਡੇਢ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਇਸ ਮਾਮਲੇ ਦਾ ਹੱਲ ਕੱਢਣ ਲਈ ਹੁਣ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਆ 13 ਨਵੰਬਰ ਨੂੰ ਦਿੱਲੀ ਦੇ ਵਿੱਚ ਮੁਲਾਕਾਤ ਰੱਖੀ ਇਸ ਤੋਂ ਪਹਿਲਾਂ ਵੀ 14 ਅਕਤੂਬਰ ਨੂੰ ਕੇਂਦਰ ਨਾਲ ਗੱਲਬਾਤ ਲਈ ਸੱਦਿਆ ਗਿਆ ਪਰ ਉਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਹੁਣ ਦੇਖਣਾ ਇਹ ਹੋਵੇਗਾ ਕਿ 13 ਨਵੰਬਰ ਵਾਲੀ ਮੀਟਿੰਗ ਵਿੱਚ ਕੀ ਗੱਲਬਾਤ ਹੁੰਦੀ ਆ ਤੇ ਕੀ ਇਸ ਮਸਲੇ ਦਾ ਹੱਲ ਅੱਗੇ ਵਧਣਾ ਚਾਹੁੰਦੀ ਹੈ ਸਰਕਾਰ ਕੀ ਕਰਨਾ ਚਾਹੁੰਦੀ ਇਹ 13 ਨਵੰਬਰ ਵਾਲੀ ਮੀਟਿੰਗ ਨੂੰ ਹੀ ਪਤਾ ਲੱਗੇਗਾ ਪੰਜ ਪ੍ਰਮੁੱਖ ਪੰਥਕ ਧਿਰਾਂ ਵੱਲੋਂ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਲਈ ਪੰਥਕ ਫਰੰਟ ਬਣਾਉਣ ਦਾ ਐਲਾਨ ਜਲੰਧਰ ਦੇ ਵਿੱਚ ਪੰਥਕ ਸ਼ਿਕਸ਼ੀਤ ਭਾਈ ਰਣਜੀਤ ਸਿੰਘ ਸਾਭਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੰਤ ਸਮਾਜ ਦੇ ਸੰਸਥਾਪਕ ਬਾਬਾ ਸਰਬਜੋਤ ਸਿੰਘ 베ਦੀ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਰਣਜੀਤ ਸਿੰਘ ਬ੍ਰਹਮਪੁਰਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਰਵੀ ਇੰਦਰ ਸਿੰਘ ਸਾਹਿਬ ਕਾ ਸਪੀਕਰ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920 ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਸਬੰਧੀ ਲੰਮੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਵਾਉਣ ਦੇ ਲਈ ਹੋਰ ਤਰ੍ਹਾਂ ਨਾਲ ਵੀ ਪੰਥਕ ਏਕਤਾ ਕਰਨ ਦਾ ਆਹ ਦਾ ਲਿਆ ਗਿਆ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਸਮੂਹ ਅਹੁਦੇਦਾਰ ਜਿਲ੍ਹਾ ਪ੍ਰਧਾਨਾਂ ਨੇ ਵੱਡੇ ਪੱਧਰ ਤੇ ਇਤਿਹਾਸਕ ਫੈਸਲੇ ਦਾ ਜ਼ੋਰਦਾਰ ਸਵਾਗਤ ਕੀਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮਹਾਮਾਰੀ ਨਾਲ ਲੜਾਈ ਚ ਅਸੀਂ ਭਾਵੇਂ ਥੱਕ ਚੁੱਕੇ ਹਾਂ ਪਰ ਕਰੋਨਾ ਦੇ WHO ਚੀਫ ਗਲੋਬਲ ਪੱਧਰ ਤੇ ਕਰੋਨਾ ਲਾਗ ਦੀ ਬਿਮਾਰੀ ਦਾ ਕੰਮ ਜਾਰੀ ਹੈ ਹੁਣ ਤੱਕ ਦੁਨੀਆ ਦੇ ਵਿੱਚ 51 ਲੱਖ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਪੀੜਤ ਹਨ ਜਦਕਿ 12 ਲੱਖ ਤੋਂ ਵੱਡੇ ਲੋਕਾਂ ਦੀ ਜਾਣ ਜਾ ਚੁੱਕੀ ਹੈ ਜ਼ਿਆਦਾਤਰ ਦੇਸ਼ ਸੁਰੱਖਿਆ ਦੇ ਲਈ ਤਾਲਾਬੰਦੀ ਦੀ ਸਥਿਤੀ ਵਿੱਚ ਹਨ ਇਹੀ ਕਾਰਨ ਹੈ ਕਿ ਸੋਮਵਾਰ ਨੂੰ WHO ਦੇ ਚੀਫ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਭਾਵੇਂ ਮਹਾਮਾਰੀ ਨਾਲ ਲੜਦੇ ਥੱਕ ਚੁੱਕੇ ਹਾਂ ਪਰ ਜਾਣ ਲੇਵਾ ਵਾਇਰਸ ਹਾਲੇ ਤੱਕ ਨਹੀਂ ਹਾਰਿਆ ਉਹ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਦੂਜਾ ਜ਼ੀਰੋ ਸਰਵੇਖਣ ਕਰਵਾਉਣ ਲਈ ਦਿੱਤੀ ਹਰੀ ਝੰਡੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੂਜਾ ਸੀਰੋ ਸਰਵੇਖਣ ਕਰਵਾਉਣ ਨੂੰ ਹਰੀ ਛੰਡੀ ਦੇ ਦਿੱਤੀ ਜਿਸ ਦੌਰਾਨ ਵੱਡੀ ਪੱਧਰ ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ ਜੋ ਸੂਬੇ ਦੇ ਵਿੱਚ ਕੋਵਿਡ ਦੇ ਫਲਾਅ ਦਾ ਪਤਾ ਲਗਾਇਆ ਜਾ ਸਕੇ ਇਹੇ ਸਰਵੇਖਣ ਨਵੰਬਰ ਦੇ ਤੀਜੇ ਹਫਤੇ ਦੌਰਾਨ ਆਮ ਲੋਕਾਂ ਦੇ ਵਿੱਚੋਂ 4800 ਵਿਅਕਤੀਆਂ ਦੇ ਰੈਂਡਮ ਨਮੂਨੇ ਲੈ ਕੇ ਕੀਤਾ ਜਾਵੇਗਾ ਇਸ ਦੇ ਨਤੀਜੇ ਮੌਜੂਦਾ ਮਹੀਨੇ ਦੇ ਅੰਤ ਤੱਕ ਜਾਰੀ ਕੀਤੇ ਜਾਣ ਦੀ ਉਮੀਦ ਹੈ ਵਰਚੁਅਲ ਟੰਗ ਦੇ ਨਾਲ ਹੋਈ ਕੋਵਿਡ ਸਮੀਖਿਆ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਸੇਤ ਮਾਰਾ ਨਾਲ ਸਹਿਮਤੀ ਪ੍ਰਗਟਾਈ ਕਿ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਰਸਕੋਵ 2 ਦੇ ਫਲਾ ਦੀ ਹੱਦ ਦਾ ਪਤਾ ਲਗਾਇਆ ਜਾ ਸਕੇ ਵਿਸ਼ਵ ਪ੍ਰਸਿੱਧ ਵਿਰਾਸਤੇ ਖਾਲਸਾ ਨੂੰ ਖੋਲਣ ਦਾ ਲਿਆ ਗਿਆ ਫੈਸਲਾ ਕੱਲ ਤੋਂ 10 ਵਜੇ ਤੋਂ 4:30 ਵਜੇ ਤੱਕ ਖੁੱਲੇਗਾ ਪੰਜਾਬ ਸਰਕਾਰ ਦੇ ਵੱਲੋਂ ਵਿਸ਼ਵ ਪ੍ਰਸਿੱਧ ਵਿਰਾਸਤੇ ਖਾਲਸਾ ਨੂੰ ਭਲਕੇ 11 ਨਵੰਬਰ ਤੋਂ ਖੋਲਣ ਦਾ ਫੈਸਲਾ ਲਿਆ ਗਿਆ ਜੀ ਇਸ ਸਬੰਧੀ ਜਿੱਥੇ ਪ੍ਰਬੰਧਕਾਂ ਵੱਲੋਂ ਸਮੁੱਚੇ ਕੰਪਲੈਕਸ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾ ਰਿਹਾ ਉੱਥੇ ਹੀ ਸਲਾਹਨੀਆਂ ਨੂੰ ਗ੍ਰਹਿ ਮੰਤਰਾਲੇ ਅਤੇ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣਾ ਕਰਨਾ ਹੋਵੇਗਾ ਸੋ ਵਿਰਾਸਤੇ ਖਾਲਸਾ ਜਿਹੜੀ ਅੱਜ ਸਵੇਰੇ 10 ਵਜੇ ਤੋਂ ਖੁੱਲ ਜਾਵੇਗੀ ਜਾਨੀ ਕਿ ਅੱਜ 11 ਨਵੰਬਰ ਨੂੰ ਇਹ ਖੁੱਲ ਜਾਵੇਗੀ ਤੇ ਮਹਾਮਾਰੀ ਦੇ ਕਾਰਨ ਮਾਰਚ ਮਹੀਨੇ ਤੋਂ ਲਗਾਤਾਰ ਬੰਦ ਦਾ ਪਰ ਅੱਜ ਸਰਕਾਰ ਦੇ ਵੱਲੋਂ ਅਹਿਮ ਫੈਸਲਾ ਲੈਂਦਿਆ ਇਸ ਨੂੰ ਬੁੱਧਵਾਰ ਤੋਂ ਖੋਲਣ ਦਾ ਫੈਸਲਾ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਪੰਜਾਬ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਪ੍ਰੋਜੈਕਟਾਂ ਨੂੰ ਸੁਰੱਖਿਆ ਦੇਣ ਦਾ ਕੀਤਾ ਫੈਸਲਾ। ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਅੰਦਰ ਚੱਲ ਰਹੇ ਕਾਰਪੋਰੇਟ ਦੇ ਕਰਾਂ ਕਰਾਣਿਆਂ ਦੇ ਵੱਡੇ ਪ੍ਰੋਜੈਕਟਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਕੈਪਟਨ ਸਰਕਾਰ ਨੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਐਸਐਸਪੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਅਜਿਹੇ ਪ੍ਰੋਜੈਕਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਇੰਤਜ਼ਾਮ ਕਰਨ ਲਈ ਕਿਹਾ ਤਾਂ ਜੋ ਕਿਸੇ ਕਿਸਮ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੇ ਇਹਨਾਂ ਪ੍ਰੋਜੈਕਟਾਂ ਦੇ ਵੱਲ ਜਾਣ ਵਾਲੇ ਰੇਲ ਮਾਰਗਾਂ ਨੂੰ ਰੋਕਿਆ ਹੋਇਆ ਹੈ ਅਗਲੀ ਵੱਡੀ ਖਬਰ ਹੈ ਜੀ ਬਲਵੀਰ ਸਿੱਧੂ ਨੇ 107 ਸਪੈਸ਼ਲਿਸਟ ਡਾਕਟਰਾਂ ਸਮੇਤ 482 ਮੈਡੀਕਲ ਅਧਿਕਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਅੱਜ 107 ਮਾਹਰ ਡਾਕਟਰਾਂ ਦੇ ਸਮੇਤ 482 ਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਨੁਸਾਰ ਇਸ ਕਦਮ ਨਾਲ ਕੋਵਿਡ-19 ਮਹਾਮਾਰੀ ਦੇ ਦੌਰਾਨ ਸੂਬੇ ਦੇ ਸਿਹਤ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ 107 ਮਾਹਰ ਡਾਕਟਰਾਂ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਦੂਰ ਕਰਨ ਨੂੰ ਲਗਾਏ ਜਾਣ ਦੀ ਸੰਭਾਵਨਾ ਹੈ ਅਗਲੀ ਵੱਡੀ ਖਬਰਾਂ ਦੀ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਦੋ ਵਿਸ਼ੇਸ਼ ਵੈੱਬ ਪੋਰਟਲਾਂ ਦੀ ਸ਼ੁਰੂਆਤ ਪੰਜਾਬ ਚੋਂ ਸਰੋਤ ਦੀ ਸੁਚੱਜੀ ਵਰਤੋਂ ਦੀ ਯੋਜਨਾ ਬੰਦੀ ਅਤੇ ਪ੍ਰਭਾਵਸ਼ਾਲੀ ਫੈਸਲੇ ਲੈਨ ਵਿੱਚ ਮਿਲੇਗੀ ਮਦਦ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਆਉਣ ਵਿਕੇ ਇੱਕ ਸਮਾਗਮ ਦੌਰਾਨ ਦੋ ਪਗੋਲਿਕ ਸੂਚਨਾ ਸਿਸਟਮ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਇਹ ਸਮਾਗਮ ਪੰਜਾਬ ਦੇ ਯੋਜਨਾਬੰਦੀ ਵਿਭਾਗ ਦੇ ਆਰਥਿਕ ਅਤੇ ਅੰਕੜਾ ਸੰਗਠਨ ਵੱਲੋਂ ਪਾਸ ਕਚਾਰੀਆ ਨੈਸ਼ਨਲ ਇੰਸਟੀਚਿਊਟ ਫॉर ਸਪੇਸ ਐਪਲੀਕੇਸ਼ਨ ਅਤੇ BISAG ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਭਿਆਨਕ ਹਾਦਸੇ ਚ ਬਦਲਿਆ ਪ੍ਰੀ-ਵੈਂਡਿੰਗ ਦਾ ਸ਼ੂਟ ਫੋਟੋਆਂ ਖਚਵਾਉਂਦਾ ਜੋੜਾ ਨਦੀ ਚ ਡੱਬਿਆ ਡੁੱਬਿਆ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਚ ਤਾਲਕੜਾ ਚ ਇੱਕ ਪ੍ਰੀ-ਵੈਂਡਿੰਗ ਫੋਟੋ ਸ਼ੂਟ ਭਿਆਨਕ ਹਾਦਸੇ ਚ ਤਬਦੀਲ ਹੋ ਗਿਆ ਇਸ ਦੀ ਤਰਾਸਦੀ 28 ਸਾਲਾ ਵਿਅਕਤੀ ਅਤੇ ਉਸਦੀ ਮੰਗੇਤਰ ਨਦੀ ਚ ਡੁੱਬ ਗਏ ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ 20 ਸਾਲਾ ਲੜਕੀ ਕਿਸ਼ਤੀ ਤੇ ਸਵਾਰੀ ਦੌਰਾਨ ਸੰਤੁਲਨ ਗਵਾ ਬੈਠੀ ਤੇ ਫੋਟੋ ਖਿਚਵਾਉਣ ਦੌਰਾਨ ਨਦੀ ਚ ਡਿੱਗ ਪਈ ਪੁਲਿਸ ਦੇ ਅਨੁਸਾਰ ਸਿਵਲ ਕੰਟਰੈਕਟ ਚੰਦਰੂ ਅਤੇ ਛੱਲੀ ਕਲਾ ਦੇ ਵਿਆਹ ਆਖਰੀ ਮਹੀਨੇ ਵਿੱਚ ਹੋਣਾ ਤੈ ਹੋਇਆ ਸੀ ਉਹ ਆਪਣੇ ਰਿਸ਼ਤੇਦਾਰਾਂ ਤੇ ਫੋਟੋਗ੍ਰਾਫਸ ਦੇ ਨਾਲ ਪ੍ਰੀ-ਵੈਂਡਿੰਗ ਫੋਟੋ ਸ਼ੂਟ ਦੇ ਲਈ ਮੱਲੀ ਕਾਰਜੁੰਨ ਸਵਾਮੀ ਮੰਦਰਾਏ ਸਨ ਤੇ ਵਾਪਸ ਆਉਂਦੇ ਹੋਏ ਉਨ੍ਹਾਂ ਨੇ ਤਲ ਕਾੜਾ ਵਿਖੇ ਕਾਵੇਰੀ ਨਦੀ ਚ ਕਿਸ਼ਤੀ ਚ ਕੁਝ ਫੋਟੋਆਂ ਲੈਣ ਬਾਰੇ ਸੋਚਿਆ ਕਿਸ਼ਤੀ ਨਾ ਹੋਣ ਦੇ ਕਾਰਨ ਇੱਕ ਛੋਟੀ ਨਾਵ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਪਰ ਜਿਸ ਕਾਰਨ ਸੰਤੁਲਨ ਵਿਗੜ ਗਿਆ ਤੇ ਉਹ ਨਦੀ ਵਿੱਚ ਜਾ ਡੁੱਗੀ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ ਕਪਲ ਸ਼ਰਮਾ ਤਸਵੀਰਾਂ ਆਈਆਂ ਸਾਹਮਣੇ ਕਮੇਡੀਅਨ ਕਪਲ ਸ਼ਰਮਾ ਅੱਜ ਅੰਮ੍ਰਿਤਸਰ ਵਿਖੇ ਕਾਂਗਰਸੀ ਐਮਐਲਏ ਨਵਜੋਤ ਸਿੰਘ ਸਿੱਧੂ ਨੂੰ ਮੁਲਾਕਾਤ ਕੀਤੀ ਕਪਲ ਅਤੇ ਨਵਜੋਤ ਦੀ ਮੁਲਾਕਾਤ ਦੀਆਂ ਤਸਵੀਰਾਂ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਫੇਸਬੁੱਕ ਤੇ ਪਾਈਆਂ ਗਈਆਂ ਹਨ ਤੇ ਤਸਵੀਰਾਂ ਚ ਕਬਲ ਸ਼ਰਮਾ ਤੇ ਨਵਜੋਤ ਸਿੱਧੂ ਇਕੱਠੇ ਗੱਲਬਾਤ ਖਾਂਦੇ ਕਰਦੇ ਅਤੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ ਅਗਲੀ ਵੱਡੀ ਖਬਰ ਹੈ ਜੀ ਸਾਵਧਾਨ SBI ਨੇ ਆਪਣੇ 42 ਕਰੋੜ ਗਾਹਕਾਂ ਨੂੰ ਕੀਤਾ ਅਲਰਟ ਭੁੱਲ ਕੇ ਵੀ ਨਾ ਕਰੋ ਇਹ ਕੰਮ ਦੇਸ਼ ਦੀ ਸਭ ਤੋਂ ਵੱਡੇ ਸਰਕਾਰੀ ਬੈਂਕ SBI ਵਿੱਚ ਜੇਕਰ ਤੁਹਾਡਾ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ ਬੈਂਕ ਨੇ ਗਾਹਕਾਂ ਨੂੰ ਸੁਚੇਤ ਕੀਤਾ ਹੈ ਕਿ ਤੁਹਾਨੂੰ ਕਿਸੇ ਵੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੇ ਫਰਜੀ ਸੰਦੇਸ਼ ਦੇ ਵਿੱਚ ਫਸਣਾ ਨਹੀਂ ਚਾਹੀਦਾ ਬੈਂਕ ਨੇ ਗਾਹਕਾਂ ਨੂੰ ਇਹਨਾਂ ਦਿਨਾਂ ਵਿੱਚ ਹੋ ਰਹੀ ਧੋਖਾਧੜੀ ਬਾਰੇ ਪ੍ਰਤੀ ਸੁਚੇਤ ਕੀਤਾ ਬੈਂਕ ਨੇ ਕਿਹਾ ਹੈ ਕਿ ਧੋਖੇਬਾਜ਼ ਸੋਸ਼ਲ ਮੀਡੀਆ ਤੇ ਜਾਲੀ ਤੇ ਗੁੰਮਰਾਹਕੁੰਨ ਮੈਸੇਜ ਭੇਜ ਰਹੇ ਹਨ ਫਿਲਹਾਲ ਬੈਂਕ ਵੱਲੋਂ ਅਜੇ ਇਹ ਕੋਈ ਗਾਹਕ ਸੰਦੇਸ਼ ਜਾਂ ਗਾਹਕਾਂ ਨੂੰ ਨਹੀਂ ਭੇਜੇ ਜਾ ਰਹੇ ਦਰਅਸਲ SBI ਨੇ ਟਵੀਟ ਦੇ ਵਿੱਚ ਗਾਹਕਾਂ ਨੂੰ ਸਾਵਧਾਨ ਕੀਤਾ ਉਹਨਾਂ ਨੇ ਬੇਨਤੀ ਕੀਤੀ ਕਿ ਉਹ ਸੋਸ਼ਲ ਮੀਡੀਆ ਦੇ ਬਾਰੇ ਸੁਚੇਤ ਰਹਣ ਤੇ ਕਿਸੇ ਵੀ ਗੁੰਮਰਾਹਕੁੰਨ ਅਤੇ ਝੂਠੇ ਸੰਦੇਸ਼ ਵਿੱਚ ਨਾ ਪੈਣ ਬੈਂਕ ਨੇ ਕਿਹਾ ਜੇਕਰ ਤੁਸੀਂ ਇਸ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਡਾ ਬੈਂਕ ਖਾਤਾ ਖਾਲੀ ਹੋ ਸਕਦਾ ਹੈ ਤਿੰਨ ਜਣੇ ਕੋਰੋਨਾ ਪੋਜ਼ਿਟਿਵ ਆਉਣ ਤੇ 7 ਦਿਨਾਂ ਲਈ ਸਰਕਾਰੀ ਹਾਈ ਸਕੂਲ ਲੜਕੇ ਜੈਤੂ ਨੂੰ ਕੀਤਾ ਗਿਆ ਬੰਦ ਸਰਕਾਰੀ ਐਸ ਐਨ ਸੀਨੀਅਰ ਸਕੈندਰੀ ਸਕੂਲ ਜੈਤੋ ਦੇ ਦੋ ਅਧਿਆਪਕ ਤੇ ਵਰਕਸ਼ਾਪ اٹੈਂਡੈਂਟ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਨ ਤੇ ਸਕੂਲ ਬੰਦ ਕਰ ਦਿੰਦੇ ਬਾਰੇ ਪਤਾ ਲੱਗਿਆ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਸੰਪਰਕ ਕਰਨ ਤੇ ਉਹਨਾਂ ਨੇ ਦੱਸਿਆ ਕਿ ਬੀਤੇ ਕੱਲ 2 ਦਿਨਾਂ ਦੇ ਵਿੱਚ ਕਰਮਵਾਰ ਵਰਕਸ਼ਾਪ اٹੈਂਡੈਂਟ ਤੇ ਦੋ ਮੁੱਖ ਅਧਿਆਪਕਾਂ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਨ ਤੇ ਸਕੂਲ ਨੂੰ 7 ਦਿਨਾਂ ਦੇ ਲਈ ਸਰਕਾਰੀ ਹਦਾਇਤਾਂ ਤੇ ਬੰਦ ਕਰ ਦਿੱਤਾ ਹੈ ਬਰੀਦ ਕੋਡ ਵਿੱਚ ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਜ਼ਹਿਰੀਲੀ ਨਿਗਲ ਕੇ ਚੀਜ਼ ਤੇ ਕਰ ਲਈ ਖੁਦਕੁਸ਼ੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਭਾਰਤ ਸਰਕਾਰ ਗੁਰੂ ਨਾਨਕ ਸਾਹਿਬ ਦੇ 551 ਪ੍ਰਕਾਸ਼ ਪੂਰਵ ਤੋਂ ਪਹਿਲਾ ਮੋੜ ਖੁੱਲੇ ਕਰਤਾਰਪੁਰ ਲਾਂਗਾ ਮੰਡ ਨੌਜਵਾਨ ਸਿੱਖ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਨੇ ਜਲੰਧਰ ਵਿਖੇ ਮੀਟਿੰਗ ਤੋਂ ਬਾਅਦ ਜਥੇਬੰਦ ਘਟਾਂਜੇ ਦਾ ਵਿਸਤਾਰ ਕਰਦੇ ਹੋਏ ਜਲੰਧਰ ਜੁਨਟ ਦਾ ਐਲਾਨ ਕੀਤਾ ਜਿਸ ਵਿੱਚ ਕਮਲਜੀਤ ਸਿੰਘ ਨੂੰ ਪ੍ਰਧਾਨ ਸਤਵੀਰ ਸਿੰਘ ਨੂੰ ਮੀਤ ਪ੍ਰਧਾਨ ਤੇ ਹਰਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਤੇ ਮਲਕੀਤ ਸਿੰਘ ਪਿੰਡਰ ਨੂੰ ਬਲਾਰਾ ਤੇ ਸੁਖਜਿੰਦਰ ਸਿੰਘ ਨੂੰ ਜਥੇਬੰਦਕ ਸਕੱਤਰ ਐਲਾਨਿਆ ਇਹਨਾਂ ਅਹੁਦੇਦਾਰਾਂ ਦੀ ਚੋਣ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਜਨਰਲ ਸਕੱਤਰ ਗੁਰਨਾਮ ਸਿੰਘ ਮੂਨਕਾ ਤੇ ਜਥੇਬੰਦਕ ਸਕੱਤਰ ਸੁਖਜਿੰਦਰ ਸਿੰਘ ਟੀਰਕੇਆਣਾ ਦੀ ਹਾਜ਼ਰੀ ਵਿੱਚ ਕੀਤੀ ਗਈ ਐਚਡੀਐਫਸੀ ਹੋਮ ਲੋਨ ਗਾਹਕਾਂ ਨੂੰ ਦਿੱਤਾ ਦਿਵਾਲੀ ਦਾ ਤੋਹਫ਼ਾ ਹੋਮ ਕਰਜ਼ੇ ਤੇ ਦਰਾਂ 'ਚ ਕੀਤੀ ਕਟੌਤੀ ਦੇਸ਼ ਦੇ ਸਭ ਤੋਂ ਵੱਡੇ ਗਿਰਵੀਨਾਮਾ ਰਿਣਦਾਤਾ HDFC ਦੀ ਹਾਊਸਿੰਗ ਲੋਨ ਤੇ ਆਪਣੀ ਡਿਟੇਲ ਪ੍ਰਾਈਮ ਲੈਟ ਲੈਂਡਿੰਗ ਰੇਟ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ HDFC ਨੇ ਹੋਮ ਲੋਨ ਦੀ ਦਰ 'ਚੋਂ 0.10 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਨਵੀਆਂ ਦਰਾਂ ਮੰਗਲਵਾਰ ਤੋਂ ਪ੍ਰਭਾਵੀ ਹੋ ਗਈਆਂ HDFC ਨੇ ਕਿਹਾ ਕਿ ਦਰ 'ਚੋਂ ਕਟੌਤੀ ਦਾ ਫਾਇਦਾ ਮੌਜੂਦਾ HDFC ਰਿਟੇਲ ਹੋਮ ਕਰਜ਼ਾ ਗਾਹਕਾਂ ਨੂੰ ਹੋਵੇਗਾ ਨੈਸ਼ਨਲ ਹਾਊਸਿੰਗ ਬੈਂਕ ਨੇਸ ਮਹੀਨੇ ਦੀ ਸ਼ੁਰੂਆਤ ਚੁ ਕਿਹਾ ਸੀ ਕਿ ਹਾਊਸ ਫਾਈਨਾਂਸਿੰਗ ਸੈਕਟਰ ਦੇ ਵਾਅਦੇ ਤੇ ਵਕ ਵਕ ਸੰਕੇਤ ਨਜ਼ਰ ਆ ਰਹੇ ਹਨ ਐਨ ਐਚਬੀ ਨੇ ਇੱਕ ਬਿਆਨ ਚੁਕਿਆ ਕਿ ਸਤੰਬਰ 2020 ਦੇ ਦੌਰਾਨ ਹਾਊਸਿੰਗ ਫਾਈਨਾਂਸ ਕੰਪਨੀਆਂ ਦੇ ਦੁਆਰਾ ਰਹਿائش ਅਤੇ ਗੈਰ ਹੋਮ ਕਰਜ਼ ਦੀਆਂ ਨਵੀਆਂ ਪ੍ਰਵਾਨਗੀਆਂ ਪਹਿਲਾਂ ਤੋਂ 130% ਦੀ ਵੱਧ ਰਹੀਆਂ ਹਨ ਲੜਾਈ ਕਿੰਨੀ ਵੀ ਨਜ਼ਦੀਕੀ ਕਿਉਂ ਨਾ ਹੋਵੇ ਜਿੱਤ ਸਾਡੀ ਹੋਵੇਗੀ ਮਨੋਸਤਵਾੜੀ ਬਿਹਾਰ ਵਿਧਾਨ ਸਭਾ ਚੌੜ ਨਤੀਜੇ 220 ਦੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਪਾਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਇਸ ਦੌਰਾਨ ਰਾਜਨੀਤਿਕ ਪਾਰਟੀ ਨੇ ਪ੍ਰतिकਰਮ ਦੇਣਾ ਸ਼ੁਰੂ ਕਰ ਦਿੱਤਾ ਜੇ ਰੋਜ਼ਾਨਾ ਦੇ ਵਿੱਚ ਐਨਡੀਏ ਦੇ ਸ਼ੁਰੂਆਤੀ ਰੋਜ਼ਾਨਾ ਨਿਰੰਤਰ ਬਹੁਮਤ ਦੇ ਅੰਕੜੇ ਉੱਪਰ ਦਿਖਾਈ ਦੇ ਰਹੇ ਹਨ ਅਜਿਹੀ ਸਥਿਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਵਰਕਰਾਂ ਪ੍ਰਤੀ ਉਤਸ਼ਾਹ ਹੌਲੀ-ਹੌਲੀ ਵਧਿਆ ਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਕਿ ਪਾਰਟੀ ਅੱਗੇ ਵਧ ਰਹੀ ਉਹਨਾਂ ਨੇ ਕਿਹਾ ਲੜਾਈ ਕਿੰਨੀ ਵੀ ਨਜ਼ਦੀਕ ਕਿਉਂ ਨਾ ਹੋਵੇ ਪਰ ਜਿੱਤ ਸਾਡੀ ਹੋਏਗੀ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਤੋਂ ਪੁਰਾਣੇ ਪਏ ਡਾਇਰਾਂ ਚੋਂ ਮਿਲਿਆ ਡੇਂਗੂ ਦਾ ਲਾਰਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਏ ਐਮਓ ਰਮੇਸ਼ ਚੰਦਰ ਦੀ ਅਗਵਾਈ ਦੇ ਹੇਠ ਬ੍ਰਾਸਟੈਂਡ ਏਰੀਆ ਫਿਰੋਜ਼ਪੁਰ ਸ਼ਹਿਰ ਬਾਬਾ ਨਾਮਦੇਵ ਚੌਂਕ ਮੱਲਵਾਲ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਏਰੀਆ ਚੋਂ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਇਹ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀ ਸੁਖਮੰਦਰ ਸਿੰਘ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਬਸ ਸਟੈਂਡ ਦੇ ਵਰਕਸ਼ਾਪ ਦੇ ਵਿੱਚ ਪਏ ਹੋਏ ਪੁਰਾਣੇ ਟਾਇਰਾਂ ਨੂੰ ਚੈੱਕ ਕੀਤਾ ਗਿਆ ਜਿੱਥੋਂ ਡੇਂਗੂ ਦਾ ਲਾਰਵਾ ਮਿਲਿਆ ਉਹਨਾਂ ਨੇ ਦੱਸਿਆ ਕੋਈ ਵੀ ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਿਆ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੁਰਾਣੇ ਟਾਇਰਾਂ ਚੋਂ ਪਿਆ ਗੰਦਾ ਪਾਣੀ ਸਾਫ਼ ਕਰਵਾਇਆ ਗਿਆ ਤੇ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਵੀ ਕਰਵਾਇਆ ਗਿਆ ਸ਼ਾਂਭੂ ਮੋਰਚੇ ਤੇ ਪਹੁੰਚੇ ਢੀਂਡ ਸਾ ਹੁਣ 26 ਨਵੰਬਰ ਨੂੰ ਪਾਰਟੀ ਲੀਡਰ ਪਹੁੰਚਣਗੇ ਦਿੱਲੀ ਸੋ ਵੱਡੀ ਖਬਰ ਆ ਜੀ ਇਸੇ ਖਬਰ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਦੀ ਕਰਦੇ ਹਾਂ ਜੀ ਸਮਾਪਤੀ ਬਾਕੀ ਖਬਰ ਅਗਲੇ ਬੁਲਟਨ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ